ਗੰਦੀਪ ਸਿੰਘ ਐਂਡ ਵੈਲਕਮ ਇਨ ਦਾ ਪੰਜਾਬੀ ਟਿਊਟਰ ਸੋ ਤੁਸੀਂ ਥੰਬਨੇਲ ਤੇ ਦੇਖ ਲਿਆ ਹੋਣਾ ਕਿ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿ ਰੀਡਿੰਗ ਦੀਆਂ ਬੁੱਕਸ ਜਿਹੜੀਆਂ ਤੁਸੀਂ ਕਿਹੜੀਆਂ-ਕਿਹੜੀਆਂ ਕਦੋਂ-ਕਦੋਂ ਫਾਲੋ ਕਰਨੀਆਂ ਦੇਖੋ ਸੀਕੁਐਂਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਬੁੱਕਸ ਮੈਂ ਪਹਿਲਾਂ ਕਰਾਂ ਕਿਹੜੀਆਂ ਬੁੱਕਸ ਬਾਅਦ ਚੋ ਤੇ ਪੇਪਰ ਦੇ ਨੇੜੇ ਜਾ ਕੇ ਤੁਹਾਨੂੰ ਕਿਹੜੀਆਂ ਬੁੱਕਸ ਕਰਨੀਆਂ ਚਾਹੀਦੀਆਂ ਇਹ ਚੀਜ਼ ਦੀ ਜਾਣਕਾਰੀ ਹਰ ਇੱਕ ਬੱਚੇ ਨੂੰ ਹੋਣੀ ਚਾਹੀਦੀ ਹੈ ਸੋ ਮੰਨ ਕੇ ਚਲੋ ਤੁਸੀਂ ਪਹਿਲਾਂ ਵੀ ਇੱਕ ਕਰੀ ਪੇਪਰ ਦਿੱਤਾ ਹੋ ਜਾਂ ਜੇ ਮੰਨ ਕੇ ਚਲੋ ਨਹੀਂ ਵੀ ਦਿੱਤਾ ਪੇਪਰ ਸਾਰੇ ਤਰ੍ਹਾਂ ਦੇ ਬੱਚਿਆਂ ਲਈ ਆ ਦੇਖੋ ਕੀ ਹੁੰਦਾ ਕੈਂਬਰੇਜ ਦੀਆਂ ਜੋ ਬੁੱਕਸ ਆ ਕੋਈ ਮੰਨ ਕੇ ਲੋ ਬਿਗਿਨਰ ਬੱਚਾ ਵਾ ਜਾਂ ਜੇ ਬਿਗਿਨਰ ਨਹੀਂ ਤਾਂ ਵੈਸੇ ਉਹਨੇ ਇੱਕ ਦੋ ਵਾਰੀ ਪੇਪਰ ਦਿੱਤਾ ਹਨ ਤਾਂ ਉਹ ਬੁੱਕਸ ਮੰਨ ਕੇ ਲੋ ਕੈਂਬਰੇਜ ਦੀ ਜਿਵੇਂ ਸੈਕੰਡ ਜਾਂ ਥਰਡ ਬੁੱਕ ਪਹਿਲਾਂ ਕਰੀ ਜਾਂਦਾ ਫੋਰਥ ਵਿੱਚ ਪਹਿਲਾਂ ਕਰੀ ਜਾਂਦਾ ਜੋ ਕਿ ਪਹਿਲਾਂ ਨਹੀਂ ਕਰਨੀਆਂ ਮੈਂ ਤੁਹਾਨੂੰ ਕਹਾਂ ਕਿ ਸਟਾਰਟਿੰਗ ਤੋਂ ਮੈਂ ਤੁਹਾਨੂੰ ਦੱਸੂਗਾ ਜਿਆਦਾ ਲੌਂਗ ਵੀਡੀਓ ਨਹੀਂ ਬਣਾਵਾਂਗੇ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰეკਮੈਂਡ ਕਰਦਾ ਕਿ ਜੇ ਤੁਸੀਂ ਹੁਣ ਤੋਂ 1 ਮੰਥ ਬਾਅਦ ਚ ਪੇਪਰ ਦੇਣ ਚੱਲੇ ਹੋ ਜਾਂ ਜੇ 1.5 ਮੰਥ ਪਏ ਆ ਜਾਂ 2 ਮੰਥ ਪਏ ਆ ਸਭ ਤੋਂ ਪਹਿਲਾਂ ਤੁਹਾਨੂੰ ਕੈਂਬਰੇਜ ਦੀਆਂ ਬੁੱਕਸ 10 ਚੱਕ ਲੈਣੀ ਚਾਹੀਦੀ ਹੈ ਕੈਮ 10 ਕੈਮ 10 ਤੋਂ ਲੈ ਕੇ ਕੈਮ 17 ਤੱਕ ਤੁਹਾਨੂੰ ਪਹਿਲਾਂ ਬੁੱਕਸ ਕਰਨੀਆਂ ਚਾਹੀਦੀਆਂ ਇਹ ਤੁਹਾਡਾ ਫਰਸਟ ਸਟੈਪ ਹੋਣਾ ਚਾਹੀਦਾ ਕੈਮ 10 ਤੋਂ ਲੈ ਕੇ ਕੈਮ 17 ਤੱਕ ਕੈਮ 10 ਤੁਸੀਂ ਰਿਅਲਾਈਜ਼ ਕਰੋਗੇ ਸੌਖੇ ਲੈਵਲ ਦੀ ਬੁੱਕ ਆ ਕੈਮ ਜਨਨ ਕਿ 11 ਦੇਖੋਗੇ ਸੌਖੇ ਲੈਵਲ ਦੀ ਬੁੱਕ ਆ ਤੁਸੀਂ ਕੈਮ 9 ਵੀ ਵਿੱਚ ਪਹਿਲਾਂ ਪਾਸ ਕਰ ਸਕਦੇ ਹੋ ਪਰ ਕੈਮ 10 ਤੋਂ ਸ਼ੁਰੂਆਤ ਕਰੋ ਤਾਂ ਬਹੁਤ ਵਧੀਆ ਗੱਲ ਆ ਗਾਂ ਦੇ ਕੇ ਆਪਾਂ ਦੇ ਕੇ ਕੈਮ 12 ਤੱਕ ਇਹ ਥੋੜੀ ਡਿਫਿਕਲਟ ਹੈਗੀ ਬਟ ਮੈਂ ਤੁਹਾਨੂੰ ਕਹਾਂਗਾ ਕੈਮ 10 ਟੂ ਕੈਮ 17 ਇਹ ਤੁਹਾਡਾ ਫਰਸਟ ਸਟੈਪ ਹੋਣਾ ਚਾਹੀਦਾ ਹੁਣ ਮੰਨ ਲਓ ਤੁਸੀਂ ਕੈਮ 10 ਟੂ ਕੈਮ 17 ਕਰ ਲਈ ਹੁਣ ਨੈਕਸਟ ਸਟੈਪ ਇਹ ਹੋਣਾ ਚਾਹੀਦਾ ਨੈਕਸਟ ਤੁਸੀਂ ਉਹਨੂੰ ਥੋੜਾ ਜਿਹਾ ਡਿਫਿਕਲਟ ਜਨਨ ਕਿ ਲੈਵਲ ਤੇ ਜਾਵੜਨਾ ਥੋੜਾ ਡਿਫਿਕਲਟ ਲੈਵਲ ਤੇ ਤੁਸੀਂ ਇਸ ਤੋਂ ਬਾਅਦ ਚੋ ਪਲੱਸ 1 ਬੁੱਕ ਕਰਨੀ ਆ ਪਲੱਸ 2 ਕਰਨੀ ਆ ਤੇ 3 ਇਹ ਤਿੰਨ ਬੁੱਕਸ ਆ ਤੇ 1 ਦੇ ਵਿੱਚ ਜਿਵੇਂ 6th ਟੈਸਟ ਕਿਹਦੇ ਵਿੱਚ ਆ 6th IN ਦੇ ਵਿੱਚ ਆ 6th IN ਦੇ ਵਿੱਚ ਤੇ ਸਭ ਤੋਂ ਲਾਸਟ ਬੁੱਕਸ ਤੁਹਾਨੂੰ ਕਰਨੀਆਂ ਚਾਹੀਦੀਆਂ ਵਾਹ ਵੋਲੀਅਮ ਦੀਆਂ ਵੋਲੀਅਮ ਦੇ ਤੁਹਾਨੂੰ ਟੈਸਟ ਜਿੰਨੇ ਵੀ 10 ਟੈਸਟ ਕਰ ਲੈਣੇ ਚਾਹੀਦੇ ਆ ਜ਼ਿਆਦਾ ਨਹੀਂ ਤਹੋਂ ਤੁਸੀਂ ਕਹੋਗੇ ਵੀ ਕੈਮ 10 ਤੋਂ ਕੈਮ 17 ਤਾਂ ਅਸੀਂ ਜਗ੍ਹਾੜ ਕਰ ਲਾਂਗੇ ਸਾਡੇ ਕੋਲ ਹੈਗੀਆਂ ਬਟਾ ਨੀਚੇ ਵਾਲੀਆਂ ਦੂਜੀਆਂ ਚੀਜ਼ਾਂ ਸੀ ਕਿਵੇਂ ਕਰੀ ਤਾਂ ਮੈਂ ਤੁਹਾਨੂੰ ਵੈਬਸਾਈਟ ਦੇ ਉੱਪਰ ਲੈ ਕੇ ਚੱਲਿਆ ਲਾਈਵ ਤੁਹਾਨੂੰ ਪਤਾ ਲੱਗ ਜੂਗਾ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਪਰ ਸੇਮ ਆਈ ਕਰਨਾ ਵਾ Google ਦੇ ਉੱਪਰ ਤੁਸੀਂ ਜਾਣਾ ਵਾ Google ਦੇ ਉੱਪਰ ਜਾ ਕੇ ਤੁਸੀਂ ਸਰਚ ਮਾਰਨਾ ਵਾ ਜਾਨਕਿ IELTS online test IELTS online test ਆ ਤੁਹਾਨੂੰ ਪਹਿਲੇ ਨੰਬਰ ਤੇ ਦਿਖ ਰਿਹਾ ਜਦੋਂ ਮੈਂ ਖੋਲਿਆ ਤਾਂ ਪਹਿਲੇ ਨੰਬਰ ਤੇ ਆਹ ਵਾਲਾ ਸਾਈਨ ਆਪਣੇ ਮਾਈਂਡ ਦੇ ਵਿੱਚ ਯਾਦ ਰੱਖ ਲਓ ਤੁਹਾਡੇ ਮੋਬਾਈਲ ਫੋਨ ਤੇ ਵੀ ਸੇਮ ਹੀ ਬਣੂਗਾ ਆਹ ਵਾਲਾ ਜੋ ਜੋ ਆਈਕਨ ਹੈਗਾ ਵਾ ਆਪਣੇ ਮਾਈਂਡ ਦੇ ਵਿੱਚ ਰੱਖ ਲਓ ਅ ਜੋ ਤੁਹਾਨੂੰ ਇੱਥੇ ਸ਼ੋ ਹੋ ਰਿਹਾ ਇਹ ਪਹਿਲੀ ਹੀ ਵੈਬਸਾਈਟ ਤੇ ਤੁਸੀਂ ਕਲਿੱਕ ਜਦੋਂ ਕਰੋਗੇ ਤਾਂ ਤੁਹਾਡੇ ਸਾਹਮਣੇ ਹੁਣੇ ਵੈਬਸਾਈਟ ਖੁੱਲ੍ਹੇ ਹੋਣੀ ਹੈ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਤੁਸੀਂ ਇਹ ਵਾਲੀ ਰੀਡਿੰਗ ਨੂੰ ਡਾਊਨਲੋਡ ਕਰ ਸਕਦੇ ਹੋ ਬਾਅਦ ਚੋ ਜਾ ਕੇ ਤੁਸੀਂ ਫੋਟੋਕਾਪੀ ਆਪਣੇ ਉੱਤੇ ਹੋਮ ਟਾਊਨ ਦੇ ਵਿੱਚੋਂ ਕਰਾ ਲਓ ਥੋੜੀ ਨੈਟਵਰਕ ਜੋ ਹੈ ਥੋੜਾ ਇਸ਼ੂ ਆ ਤਾਂ ਨਹੀਂ ਵੈਬਸਾਈਟ ਖੁੱਲ ਰਹੀਗੀ ਦੁਬਾਰਾ ਖੋਲਦੇ ਆਪਾਂ ਸੋ ਇਹ ਜਦ ਤੁਸੀਂ ਵੈਬਸਾਈਟ ਖੋਲੋਗੇ ਤਾਂ ਤੁਹਾਨੂੰ ਉੱਥੇ ਰੀਡਿੰਗਸ ਦੇਖਣੀਆਂ ਆਲ ਰੀਡਿੰਗਸ ਹੋਣੀਆਂ ਫਿਰ ਅਕਾਦੈਮਿਕ ਦੀਆਂ ਹੋਣੀਆਂ ਫਿਰ ਜੀਟੀ ਦੀਆਂ ਹੋਣੀਆਂ ਤੁਸੀਂ ਜੋ ਵੀ ਤੁਹਾਡੀ ਨੀਡ ਹੈ ਜਿਹੜੇ ਵੀ ਤੁਸੀਂ ਸਟੂਡੈਂਟ ਹੋ ਜਦੋਂ ਤੁਸੀਂ ਅਕਾਦੈਮਿਕ ਤੇ ਕਲਿੱਕ ਕਰੋਗੇ ਇਥੇ 1 ਸੈਕਿੰਡ ਰੁਕਿਓ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਕਾਫੀ ਥੋੜੀ ਸੋ ਮੈਂ ਤੁਹਾਨੂੰ ਇਹ ਚੀਜ਼ ਦੱਸ ਦਵਾਂ ਆਪਾਂ ਵਿੱਚ ਦੀ ਤੁਹਾਨੂੰ ਹੋਰ ਕੰਮ ਦੀਆਂ ਗੱਲਾਂ ਦੱਸ ਦਿੰਦਾ ਜਦੋਂ ਤੁਸੀਂ ਕੈਮ 10 ਟੂ ਕੈਮ 17 ਦੀਆਂ ਬੁੱਕਸ ਮੰਨ ਕੇ ਲੋ ਕਰ ਰਹੇ ਹੋ ਤਾਂ ਉਹਨਾਂ ਦੇ ਵਿੱਚੋਂ ਪੈਸੇ ਟ੍ਰਾਂਸਲੇਟ ਵੀ ਕਰੋ ਤੁਸੀਂ ਉੱਥੇ ਕਿਉਂਕਿ ਕੈਮ 10 ਟੂ ਕੈਮ 17 ਦੀਆਂ ਬੁੱਕਸ ਜਿਹੜੀਆਂ ਹੈਗੀਆਂ ਵਾ ਉਹ ਟ੍ਰਾਂਸਲੇਟ ਕਰਨ ਲਈ ਬਹੁਤ ਵਧੀਆ ਵੈਬਸਾਈਟ ਆਪਣੇ ਸਾਹਮਣੇ ਖੁੱਲ੍ਹ ਗਈ ਹੈ ਇਹਦੇ ਵਿੱਚ ਤੁਸੀਂ ਕਾਦੇ ਤੇ ਕਲਿੱਕ ਕਰਨਾ ਤੁਹਾਡੇ ਮੋਬਾਈਲ ਤੇ ਵੀ ਸੇਮ ਚੀਜ਼ ਹੀ ਸ਼ੋ ਹੋਊਗੀ ਤੁਸੀਂ ਜੋ ਪਹਿਲੇ ਨੰਬਰ ਤੇ ਆ ਚੀਜ਼ ਲਿਖੀ ਪਈ ਆ ਆਹ ਵਾਲੀ ਚੀਜ਼ ਤੇ ਕਲਿੱਕ ਕਰਨਾ ਲਾਇਬ੍ਰੇਰੀ ਲਿਖਿਆ ਜਿੱਥੇ ਵਾਲਾ ਇੰਦੇ ਉੱਪਰ ਜਦੋਂ ਤੁਸੀਂ ਕਰੋਗੇ ਤਾਂ ਬਾਅਦ ਚੋ ਰੀਡਿੰਗ ਟੈਸਟ ਉੱਪਰ ਕਲਿੱਕ ਕਰਨਾ ਰੀਡਿੰਗ ਟੈਸਟ ਉੱਪਰ ਕਰਨ ਤੋਂ ਬਾਅਦ ਚੋ ਇੱਥੇ ਆਪਾਂ ਰੀਡਿੰਗ ਟੈਸਟ ਉੱਪਰ ਕਲਿੱਕ ਕਰਦੇ ਆ ਰੀਡਿੰਗ ਟੈਸਟ ਉੱਪਰ ਕਲਿੱਕ ਕਰਨ ਤੋਂ ਬਾਅਦ ਚੋ ਤੁਸੀਂ ਕੈਟਾਗਰੀ ਚੂਜ਼ ਕਰ ਲੈਣੀ ਆ ਆ ਦੇਖੋ ਤੁਹਾਡੇ ਸਾਹਮਣੇ 올 ਟੈਸਟ ਲਿਖਿਆ ਪਿਆ ਹੁਣ ਐਕਾਡੈਮਿਕ ਦੇ ਸਟੂਡੈਂਟ ਨੇ ਕਲਿੱਕ ਕਰਦਾ ਕਿ ਐਕਾਡੈਮਿਕ ਦੇ ਉੱਪਰ ਤੇ ਹੁਣ ਜਿੰਨੀਆਂ ਵੀ ਬੁੱਕਸ ਤੁਹਾਡੇ ਸਾਹਮਣੇ ਖੁੱਲਣਗੀਆਂ ਉਹਨਾਂ ਵਿੱਚ ਜੀਟੀ ਵਾਲੀ ਕੋਈ ਨਹੀਂ ਹੋਊਗੀ ਐਕੈਡੈਮਿਕ ਦੀਆਂ ਹੋਣਗੀਆਂ ਸਿਰਫ ਤੇ ਮੈਂ نیچے-नीचे ਜਾਈਏ ਨਾ ਤਾਂ ਆ ਜਿਹੜੀ ਮੈਂ ਤੁਹਾਨੂੰ ਬੁੱਕਸ ਕਹੀਆਂ ਸੀਗੀਆਂ ਉਹਦੇ ਤਿੰਨੇ ਵੋਲਿਊਮ ਪਏ ਆ ਫਰਸ 1 ਹੋ ਗਿਆ ਤੇ ਆ ਵਿੱਚ ਹੀ ਉਹ 2 ਹੋਗੀ ਵੋਲਿਊਮ ਵੀ ਕਹਿ ਦਿੰਦੇ ਐ ਇਹਨੂੰ ਤੇ ਵਿੱਚ ਇਹ ਬੁੱਕ 3 ਪਈ ਆ ਤੁਸੀਂ ਮੰਨ ਲੈ ਕਿ ਲੋ ਹੁਣ ਮੈਂ ਪਹਿਲਾ ਟੈਸਟ ਕਰ ਲਿਆ ਤੇ ਸਿਲੈਕਟ ਜਦੋਂ ਮੈਂ ਪਹਿਲਾ ਟੈਸਟ ਸਿਲੈਕਟ ਕੀਤਾ ਤਾਂ ਧਿਆਨ ਨਾਲ ਦੇਖਿਓ ਮੈਂ ਤੁਹਾਨੂੰ ਥੈਂਕਸ ਕਰ ਦਿੰਦਾ log in वैसे ਤੁਹਾਨੂੰ हां ਤੁਹਾਨੂੰ ਇੱਥੇ log in ਕਰਨਾ ਪੈਣਾ here ਤੇ click ਕਰੋਗੇ ਤੁਸੀਂ here ਤੇ click ਕਰਨ ਤੋਂ ਬਾਅਦ ਚੋ ਤੁਸੀਂ log in with google ਤੇ click ਕਰਦੇਓ ਤਾਂ ਜੋ ਵੀ ਤੁਹਾਡੀ ਜੋ ID ਵਗੈਰਾ ਤੁਹਾਡੀ ਹੈ Gmail ਉਹਦੇ ਉੱਪਰ click ਕਰਨ ਤੋਂ ਬਾਅਦ ਚੋ ਤੁਹਾਡੇ ਲਈ ਇਹ website ਜੋ ਹੈ ਉਹ ਰੀਡਿੰਗ ਨੂੰ visible ਕਰ ਦੂ ਤੁਸੀਂ ਉਹਨੂੰ download ਵੀ ਕਰ ਸਕਦੇ ਹੋ ਤੁਹਾਡੇ ਸਾਹਮਣੇ ਹੋਣਾ ਵਾਲੀ ਜਿਹੜੀ ਰੀਡਿੰਗ ਆਏ ਮੇਰੇ ਸਾਹਮਣੇ ਜਮਾ ਹੁਣ lock ਨਹੀਂ ਹੈਗੀ ਇਹ ਤੇ ਇਹਨੂੰ ਡਾਊਨਲੋਡ ਕਰਨ ਦੇ ਲਈ ਤੁਹਾਡੇ ਮੋਬਾਈਲ ਫੋਨ ਤੇ ਸਾਈਡ ਉਪਰ ਆ ਯਾਨਕਿ 3 6 ਬਣੀ ਹੋਣੀ ਆ ਆ ਦੇਖਿਓ ਮੈਂ ਦਿਖਾਉਣਾ ਤੁਹਾਨੂੰ ਆ ਵਾਲੀਆਂ 3 6 ਆ ਵਾਲੀਆਂ ਤੁਹਾਡੇ ਸਾਹਮਣੇ ਦਿਖ ਰਹੀਆਂ ਉਹ 3 6 ਤੇ ਜੇ ਜਰੂਰ ਤੁਸੀਂ ਕਰੋਗੇ ਓਕੇ ਤਾਂ ਬਾਅਦ ਚੋ ਤੁਹਾਡੇ ਸਾਹਮਣੇ ਜੋ ਚੀਜ਼ ਆਊਗੀ ਡਾਊਨਲੋਡ ਦੀ ਆਪਸ਼ਨ ਆਊਗੀ ਤੇ ਜਦੋਂ ਤੁਸੀਂ ਇਹਨੂੰ ਡਾਊਨਲੋਡ ਕੀਤਾ ਆਪਣੇ ਮੋਬਾਈਲ ਫੋਨ ਦੇ ਵਿੱਚ ਡਾਊਨਲੋਡ ਤੇ ਕਰਤਾ ਓਕੇ ਤਾਂ ਆ ਦੇਖੋ ਇਹ ਡਾਊਨਲੋਡ ਹੋ ਜਾਣੀ ਆ ਤੇ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਵੀ ਇਹ ਜਿਹੜਾ ਪੀਡੀਐਫ ਆ ਇਹ ਡਾਊਨਲੋਡ ਹੋ ਜਾਣਾ ਤੇ ਇਹ ਪੀਡੀਐਫ ਨੂੰ ਤੁਸੀਂ ਕੈਫੇ ਉੱਪਰ ਜਾ ਕੇ ਜਿਵੇਂ ਮਰਜ਼ੀ ਫੋਟੋਕਾਪੀ ਕਢਾ ਸਕਦੇ ਹੋ ਇਹ ਬੁਕਸ ਕਰਨ ਤੋਂ ਬਾਅਦ ਚੋਂ ਬੈਕ ਚੱਲਦੇ ਆ ਜਿਹੜੀਆਂ ਮੈਂ ਤੁਹਾਨੂੰ ਕਹਿੰਦਾ ਸੀ ਬਾਅਦ ਚੋਂ ਤੁਸੀਂ ਵੋਲਿਊਮ ਦੀਆਂ ਮੁਕਸ ਕਰ ਸਕਦੇ ਹੋ ਇਹ ਬੁਕਸ ਕਰਨ ਤੋਂ ਬਾਅਦ ਚੋਂ ਤੁਸੀਂ ਹੁਣ ਸੈਕੰਡ ਪੇਜ ਤੇ ਜਾਓਗੇ ਸੈਕੰਡ ਪੇਜ ਤੇ ਤੁਹਾਨੂੰ ਕੀ ਮਿਲੂਗਾ ਹੋਰ ਵੀ ਕੈਟਾਗਰੀ ਮਿਲੂਗੀ ਮਾਨਣੇ ਕਿਉਂ ਮੈਂ ਲਾਸਟ ਪੇਜ ਤੇ ਕਲਿੱਕ ਕਰਤਾ ਫਰ ਲਾਸਟ 1 2 3 ਵਾਲੀਆਂ ਬੁੱਕਸ ਤੁਹਾਡੀਆਂ ਹੋ ਗਈਆਂ ਮੰਨ ਕੇ ਚੱਲੋ ਤਾਂ ਬਾਸ ਚੋ ਆ ਲਾਸਟ ਵਾਲਾ ਕਰ ਲਿਓ ਜਿੱਥੇ ਲਿਖਿਆ ਰੀ ਜਨਨ ਕਿ ਰੀਸੈਂਟ ਮੌਕ ਟੈਸਟ ਵੋਲਯੂ 1 ਜਿੰਨੀਆਂ ਵੀ ਤੁਸੀਂ ਦਸਕ ਕਰ ਸਕਦੇ ਕੋ ਬੁੱਕਸ ਦਾ ਕੋਈ ਘਾਟਾ ਨਹੀਂ ਇਹ ਵੈਬਸਾਈਟ ਉੱਪਰ ਜਿਹੜਾ ਸਟੂਡੈਂਟ ਜਾ ਉਹਨਾਂ ਨੂੰ 100 ਤੋਂ ਜ਼ਿਆਦਾ ਰੀਡਿੰਗ ਮਿਲਣੀ ਹੈ ਫਾਈਨਲ ਤੋਂ ਵੀ ਟਫ ਲੈਵਲ ਦੀਆਂ ਕਈ ਇਚੋ ਪਰ ਮੈਂ ਤੁਹਾਨੂੰ ਗਨਮੀਆਂ ਚੁਣਮੀਆਂ ਦੱਸਿਆ ਕਿ ਤੁਸੀਂ ਕਿਵੇਂ ਸੀਕੁਐਂਸ ਫਾਲੋ ਕਰਨੀ ਹੈ ਸੋ ਇਹ ਤਿੰਨ ਸਟੈਪ ਨੂੰ ਫਾਲੋ ਕਰੋ ਤੇ ਆਪਣੇ ਦੋਸਤਾਂ ਨਾਲ ਵੀ ਇਹ ਵੀਡੀਓ ਸੈਂਡ ਕਰੋ ਕਿ ਕਿੱਥੋਂ ਉਹ ਕਿਵੇਂ-ਕਿਵੇਂ ਸੀਕੁਐਂਸ ਦੇ ਵਿੱਚ ਬੁੱਕਸ ਰੀਡਿੰਗ ਦੀਆਂ ਕਰਨੀਆਂ ਚਾਹੀਦੀਆਂ ਤੇ ਕਿੱਥੋਂ-ਕਿੱਥੋਂ ਮਿਲਣੀਆਂ ਸੋ ਮਿਲਦੇ ਹਾਂ ਮੈਂ ਨੈਕਸਟ ਵੀਡੀਓ ਵਿੱਚ ਟਿਲ ਦੈਨ ਟੇਕ ਕੇਅਰ ਬਾਏ